ਅੱਜ ਯੂਥ ਅਕਾਲੀ ਦਲ ਦੀ ਰੈਲੀ ਜ਼ੀਰਕਪੁਰ ਵਿਖੇ ਹੋਈ, ਜਿਸ ਦੀ ਅਗਵਾਈ ਵਿਕਰਮ ਸਿੰਘ ਮਜੀਠੀਆ ਅਤੇ ਚੰਦੂ ਮਾਜਰਾ ਦੀ ਮੌਜੂਦਗੀ 'ਚ ਹੋਈ। ਇਸ ਵਿੱਚ ਅਕਾਲੀ ਅਤੇ ਭਾਜਪਾ ਦੇ ਹੋਰ ਵੀ ਲੀਡਰ ਮੌਜੂਦ ਰਹੇ ਅਤੇ ਵੱਖ ਵੱਖ ਲੀਡਰਾਂ ਨੇ ਆਪਣਾ ਭਾਸ਼ਣ ਵੀ ਦਿੱਤਾ। ਤੁਸੀਂ ਸਾਨੂੰ ਸ਼ਕਤੀ ਦਿੰਦੇ ਹੋ ਤਾਂ ਕਿ ਅਸੀਂ ਕਿਤੇ ਜਹਾਜ਼ ਚਲਾਈਏ, ਅੰਤਰਰਾਸ਼ਟਰੀ ਹਵਾਈ ਅੱਡੇ ਬਣਾਈਏ, ਕਿਤੇ ਰੇਲਾਂ ਚਲਾਈਏ, ਕਿਤੇ ਨੌਜਵਾਨਾਂ ਨੂੰ ਕਾਰੋਬਾਰ ਤੇ ਲਾਉਣ ਲਈ 10 ਲੱਖ ਰੁਪਇਆ ਬਿਨਾਂ ਗਰੰਟੀ ਤੋਂ ਦਵਾਈਏ। ਮੈਂ ਤੁਹਾਨੂੰ ਵਿਸ਼ਵਾਸ ਨਾ ਕਹਿਣਾ ਕਿ ਪਿਛਲੀ ਵਾਰੀ ਦਾ 10 ਲੱਖ ਰੁਪਇਆ ਬਿਨਾਂ ਗਰੰਟੀ ਤੋਂ ਦਿੱਤਾ ਸੀ, ਅਗਲੀ ਵਾਰ ਤੁਸੀਂ ਬਣਾ ਤੇ 50 ਲੱਖ ਰੁਪਏ ਤੱਕ ਬਿਨਾਂ ਗਰੰਟੀ ਦੇ ਤੁਹਾਨੂੰ ਪੈਸਾ ਮਿਲਿਆ ਕਰੂਗਾ ਕਾਰੋਬਾਰ ਦਾ। ਤੁਸੀਂ ਦੇਖੋ ਨਾ ਅਸੀਂ ਪੁਲ ਕਿੱਥੇ ਚਲਿਆ ਗਿਆ। 50 ਹਜ਼ਾਰ ਕਰੋੜ ਰੁਪਇਆ ਸਾਲ ਦਾ ਕੱਚਾ ਹੁੰਦਾ ਸੀ ਰੈਵਨਿਊ 3 ਮਹੀਨੇ ਦਾ, ਹੁਣ 1,10,000 ਕਰੋੜ ਰੁਪਇਆ 3 ਮਹੀਨੇ 'ਚ ਰੈਵਨਿਊ ਇਕੱਠਾ ਹੋ ਗਿਆ, ਕਿਉਂਕਿ ਸਾਰੀ ਚੋਰੀ ਬੰਦ ਹੋ ਗਈ। ਅੱਜ ਹੋ ਜਾਂਦੀ ਕਿਤੇ ਇੱਕ ਪਾਇਲਟ ਦਾ ਤੇ ਉਂਗਲ ਵੀ ਹਿੱਲ ਜਾਂਦੀ, ਕੋਈ ਜਹਾਜ਼ ਦਾ ਇੱਕ ਵਿੰਗ ਵੀ ਟੁੱਟ ਜਾਂਦਾ ਤਾਂ ਲੋਕਾਂ ਨੇ ਟੋਏ ਟੋਏ ਕਰਨੀ ਸੀ ਮੋਦੀ ਸਾਹਿਬ ਦੀ। ਮੋਦੀ ਸਾਹਿਬ ਨੇ ਆਪਣਾ ਸਾਰਾ ਸਿਆਸੀ ਕੈਰੀਅਰ ਦਾ ਤੇ ਲਾ ਕੇ ਹਿੰਦੁਸਤਾਨ ਦੀ ਇੱਜ਼ਤ ਆਬਰੂ ਲਈ ਦੁਸ਼ਮਣ ਦੇ ਘਰੇ ਜਾ ਕੇ ਕੈਂਪ ਖਾੜੇ, ਬੰਦੇ ਮਾਰੇ, ਦੁਨੀਆ ਨੇ ਸਿਫਤਾਂ ਕੀਤੀਆਂ। ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਉਹਨੂੰ ਇਹ ਹਾਜ਼ਮ ਨਹੀਂ ਆ ਰਹੀ, ਉਹਨੂੰ ਇੱਜ਼ਤ ਦੇਣ ਦੀ ਹਾਜ਼ਮ ਨਹੀਂ ਆ ਰਹੀ। ਉਹ ਕਹਿੰਦੇ ਜੀ, ਕਹਿੰਦੇ ਇਹਦਾ ਦਰਖਤ ਪੱਟ ਕੇ ਆ ਗਏ। ਲੈ ਇਹਨਾਂ ਨੂੰ ਪੁੱਛੇ, ਤੁਹਾਡੇ ਘਰ ਦੇ ਅੱਗੇ ਕੋਈ ਦਰਖਤ ਪੱਟੇ ਤਾਂ ਪੱਟਣ ਦੇ ਦੋਗੇ? ਖੇਤ ਚੋਂ ਮੂਲੀ ਉਹ ਕੇਵਲ ਤੇ ਕੇਵਲ ਕਿਤੇ ਪਾਰਟੀ ਤੱਕ ਸੀਮਿਤ ਨਹੀਂ ਰਾਜਮ ਜੀ, ਮਗਰ ਇਹਨਾਂ ਸਰਕਾਰਾਂ ਦੇ ਫੈਸਲਿਆਂ ਦੇ ਉੱਤੇ। ਜੇ ਫੈਸਲੇ ਸਹੀ ਹੋਣ ਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਦੀ ਤਕਦੀਰ, ਤੁਹਾਡੇ ਆਉਣ ਵਾਲਾ ਸਮਾਂ ਇਹ ਸਰਕਾਰਾਂ ਨਿਸ਼ਚਿਤ ਕਰਕੇ ਜਾਂਦੀਆਂ ਨੇ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲਾ, ਜਦੋਂ ਮੈਂ ਇੱਥੇ ਬੈਠਿਆ ਸਾਂ ਤੇ ਮੈਂ ਮਹਿਸੂਸ ਕਰ ਰਿਹਾ ਸੀ ਕਿ ਇੱਕ